मेरी गल सुनो, हौली गल करो, उच्ची बोलना मैनू भी आता पर मैं बोलना नहीं चाहती। जे जनानी उच्ची बोलन लग जाए ना तो घर का जलूस निकल जाए, तो मैं इस घर का जलूस कढ़ना नहीं चाहती। की गल, तू चाह बना के ले गया, तेरी माँ कितने है वो बना के ले आती। फिर की होया जी, मैं बना के ले आया। मम्मी कपड़े धोंदे ने, वो कहंदे पापा ते वड्डी बेबे नू चाह बना के दे दे, ते मैं ले आया। फिर इहनू मुंडे नू सारा दिन रसोई च लाई रख रही है, आप फोन ते लगी रहिंदी है। सही गल है वड्डी बेबे, मैं तां आप कई दिनां दा इही गल नोट कर रहे हां वी खुशू नू ओह रसोई दे कम्मां च लाई रखदी है। भला इह कम्म इहदे करन वाले ने? कई दिन ही मैं कह कह के हम भी कुड़ियाले काम मुंडे नु लाई रखदी है, वो मेरी नहीं सुनती, मनाइया करती है। मैं तो इस गल तो हैरान है भी निक्की जी गल ओदे दिमाग च नहीं पैंदी भी जे मुंडा घर दा काम ही करदा रहू तो पढ़ू केड़े टाइम, प्लस टू दी पढ़ाई है, जे नंबर घट गए फिर पछतावांगे। आपां जो मर्जी कही जाइए ਉਹਦੇ ਕੰਨ ਤੇ ਯੂਨੀ ਫੜਕਦੀ। ਉਹ ਬਸ ਕਰ ਵੱਡੀ ਬੇਬੇ ਬਸ ਕਰ, ਆ ਕੋਈ ਨਵਾਂ ਮੁੱਦਾ ਨਾ ਛੇੜ ਕੇ ਬਹਿ ਜਾਓ। ਇੰਨਾ ਤਾਂ ਮੈਂ ਕੰਮ ਕਰਦਾ ਵੀ ਨਹੀਂ ਜਿੰਨਾ ਤੁਸੀਂ ਪਾਪਾ ਜੀ ਨੂੰ ਕਹਿ ਕਹਿ ਕੇ ਉਹਨਾਂ ਦੇ ਕੰਨ ਭਰੀ ਜਾਂਦੇ ਹੋ। ਚੁੱਪ ਕਰ, ਕਿਵੇਂ ਵੱਡੀ ਬੇਬੇ ਨਾਲ ਜਵਾਨ ਲੜਾਉਣ ਲੱਗੇ ਆ? ਬੇਬੇ ਤੂੰ ਆਪ ਹੀ ਦੇਖ ਲੈ ਕਿਵੇਂ ਆਪਦੀ ਮਾਂ ਦੀ ਪੱਟੀ ਪੜਾਈ ਬੋਲਦਾ। ਇਹ ਨਿਆਣੇ ਬਾਅਦ ਚ ਕੀਤੇ ਹੋਏ ਨੇ, ਆਪਣੀ ਕਿੱਥੋਂ ਸੁਣਨੀ ਹੈ? ਇਹਨੇ ਸੁਣਨੀ ਨੀ, ਹੁਣ ਤਾਂ ਇਹਨੂੰ ਸੁਣਾਉਣੀ ਪਊ, ਨਾਲੇ ਇਹ ਸਿੱਧਾ ਕਰਨਾ ਪਊ, ਨਾਲੇ ਉਹ ਇਹਨੂੰ ਪਹਿਲਾਂ ਪੁੱਛਣ ਵਾਲਾ ਹੋਵੇ ਵੀ ਭਲਾ ਇਹ ਕਬੀਲੇ ਕੱਪੜੇ ਧੋਣ ਦਾ ਟਾਈਮ ਹੁੰਦਾ। ਇਹਦਾ ਸਿਸਟਮ ਜਿਹਾ ਨਾ ਸਹੀ ਕਰਨਾ ਹੀ ਪੈਣਾ ਜਰਾ ਕੁ, ਐਂ ਕਿੱਥੇ ਮੈਂ ਤਾਂ ਘਰ ਦਾ ਮਾਹੌਲ ਹੀ ਖਰਾਬ ਕਰਕੇ ਧਰ ਦੇਣਾ। ਆ ਕੱਪੜੇ ਬਾਅਦ ਚ ਧੋਈ, ਪਹਿਲਾਂ ਮੇਰੀ ਆ ਕੇ ਗੱਲ ਸੁਣ। ਟਾਈਮ ਪਾਸ ਕਰਨੇ, ਖੇਡਾਂ ਜਿਹੀਆਂ ਕਰਨ ਲੱਗੀਆਂ ਹੋਈਆਂ ਇਹ। ਕੀ ਗੱਲ, ਤੂੰ ਆਪ ਘਰ ਦੇ ਕੰਮ ਤੋਂ ਟਲਦੀ ਆ, ਖੁਸ਼ੂ ਨੂੰ ਤੂੰ ਕਿਚਨ ਚ ਬਾੜੀ ਰੱਖਦੀ ਆ ਕੰਮ ਕਰਾਉਣ, ਤੇ ਤੂੰ ਆਪ ਨਹੀਂ ਕਰ ਹੁੰਦਾ? ਕਿੰਨਾ ਕੁ ਕੰਮ ਕਰਦਾ ਕਿਤੇ, ਆ ਚਾਹ ਹੀ ਬਣਾਉਂਦਾ ਆ ਬਸ, ਜੇ ਬਣਾ ਕੇ ਦੇਤੀ ਤੇ ਇਹਦੇ ਚ ਮਾੜੀ ਗੱਲ ਵੀ ਕੀ ਆ? ਤੇ ਇਹਦੇ ਵਿੱਚ ਚੰਗੀ ਗੱਲ ਵੀ ਕੀ ਆ? ਕੁੜੀਆਂ ਵਾਲੇ ਕੰਮ ਹੁਣ ਸਾਰੇ ਇਹ ਸਿੱਖੂਗਾ, ਅੱਜ ਤੂੰ ਚਾਹ ਬਣਾ ਰਹੀ ਆ, ਕੱਲ ਨੂੰ ਤੂੰ ਰੋਟੀ, ਪਰਸੋਂ ਦਾਲ ਸਬਜ਼ੀ, ਭਾਂਡੇ ਮਾਂਜਣ ਲਾ ਦੇਗੀ, ਬਈ ਇਹੀ ਕੰਮ ਰਹਿ ਗਿਆ। ਘਰ ਦਾ ਕੰਮ ਕਰੂ ਕਹੋਂ ਪੜੂਗਾ, ਜੇ ਪੜ੍ਹਾਈ ਦੇ ਵਿੱਚ ਵੀ ਉਹਦੇ ਨੰਬਰ ਘੱਟ ਆ ਗਏ ਉਹਦਾ ਕੱਲ ਨੂੰ ਪ੍ਰੋਬਲਮ ਆਪਾਂ ਨੂੰ ਆ ਗਈ, ਬਾਹਰ ਕਿਵੇਂ ਜਾਊਗਾ? ਸਾਰੇ ਸਾਡੇ ਤਾਂ ਸੁਪਨੇ ਖੇਰੋ ਖੇਰੂ ਹੋ ਜਾਣੇ ਆ, ਆ ਤੇਰੀ ਮਾੜੀ ਜੀ ਵਿਹਲਣ ਰਹਿਣ ਦੀ ਆਦਤ ਨੇ ਪਾਉਣੇ ਆ ਇਹ ਸਾਰੇ ਪੰਗੇ। ਪਹਿਲੀ ਗੱਲ ਤਾਂ ਮੈਂ ਵਿਹਲੀ ਨਹੀਂ ਰਹਿੰਦੀ ਹੈਗੀ, ਤੇ ਦੂਜਾ ਘਰ ਦਾ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਹੈਗੀ, ਚਾਹੇ ਮੁੰਡਾ ਕਰੇ ਚਾਹੇ ਕੁੜੀ ਕਰੇ। ਇਹੋ ਜਿਹੇ ਪੁੱਠੇ ਰਿਵਾਜ ਤੇਰੇ ਪੇਕੇ ਹੀ ਹੋਣਗੇ ਵੀ ਜਿੱਥੇ ਬੰਦੇ ਰਸੋਈ ਦਾ ਕੰਮ ਸਾਂਭਦੇ ਨੇ, ਇਹ ਸਾਰਾ ਕੋਈ ਇੱਥੇ ਨਹੀਂ ਚੱਲਣਾ। ਮੈਂ ਤਾਂ ਹੈਰਾਨ ਹਾਂ, ਆਹ ਨਿੱਕੀ ਨਿੱਕੀ ਗੱਲ ਪਿੱਛੇ ਤੁਸੀਂ ਮੇਰੇ ਪੇਕਿਆਂ ਨੂੰ ਕਿਉਂ ਖਿੱਚ ਲੈਂਦੇ ਹੋ ਵਿੱਚ? ਖਿੱਚਦਾ ਨਹੀਂ, ਤੂੰ ਖਿੱਚਣ ਲਈ ਮਜਬੂਰ ਕਰਦੀ ਆ, ਜਿਵੇਂ ਜਿਵੇਂ ਤੈਨੂੰ ਸਿਖਾਉਂਦੇ ਉਵੇਂ ਉਵੇਂ ਤੂੰ ਇੱਥੇ ਸਾਰੇ ਫਾਰਮੂਲੇ ਲਾਗੂ ਕਰੀ ਜਾਂਦੀ ਆ ਤੂੰ। ਚਲੋ ਛੱਡੋ ਆਹ ਪੇਕਿਆਂ ਵਾਲੀ ਗੱਲ, ਆ ਜਵਾਈ ਦਾ ਤਾਂ ਕੰਮ ਹੀ ਹੁੰਦਾ, ਸਹੁਰੇ ਭਾਵੇਂ ਜਿੰਨੇ ਮਰਜ਼ੀ ਚੰਗੇ ਹੋਣ ਪਰ ਗੱਲ ਗੱਲ ਤੇ ਉਹਨੇ ਮਿਹਣਾ ਮਾਰਨਾ ਹੀ ਹੁੰਦਾ। ਗੱਲ ਤਾਂ ਇੰਨੀ ਹੋਈ ਸੀ ਨਾ ਵੀ ਮੈਂ ਖੁਸ਼ੂ ਤੋਂ ਚਾਹ ਬਣਵਾ ਲਈ, ਨਾਲੇ ਤੁਸੀਂ ਆਪ ਹੀ ਕਹਿੰਦੇ ਹੋ ਵੀ ਕੱਲ ਨੂੰ ਆਪਾਂ ਇਹਨੂੰ ਬਾਹਰ ਭੇਜਣਾ ਆ, ਤੇ ਫਿਰ ਬਾਹਰ ਜਾ ਕੇ ਉੱਥੇ ਕਿਹੜਾ ਮੈਂ ਕੰਮ ਕਰੂੰਗੀ ਜਾਂ ਬੇਬੇ ਕਰੂਗੀ ਜਾਂ ਤੁਸੀਂ ਜਾ ਕੇ ਕਰੋਗੇ, ਉੱਥੇ ਵੀ ਤਾਂ ਸਾਰਾ ਕੁਝ ਇਹਨੂੰ ਆਪ ਹੀ ਕਰਨਾ ਪੈਣਾ। ਬਾਹਰ ਜਾ ਕੇ ਦੀ ਗੱਲ ਹੋਰ ਹੈ, ਇੱਥੇ ਤਾਂ ਤੇਰਾ ਕੋਈ ਫਰਜ਼ ਨਹੀਂ ਬਣਦਾ ਕਰਦਾ। ਪਰ ਜੇ ਇੱਥੇ ਸਿੱਖੂਗਾ ਤਾਂ ਹੀ ਬਾਹਰ ਜਾ ਕੇ ਕਰੂਗਾ। ਤੂੰ ਟ੍ਰੇਨਿੰਗ ਸੈਂਟਰ ਖੋਲ੍ਹਿਆ ਹੈ ਉਹਨੂੰ ਸਿਖਾਉਣ ਦਾ, ਉਹਨੇ ਪੜੂਗਾ ਘਰ ਦਾ ਕੰਮ ਕਰੂਗਾ, ਤੂੰ ਆਪਣੀ ਗਲਤੀ ਨਹੀਂ ਮੰਨਦੀ। ਤੂੰ ਤੁਸੀਂ ਇੰਨਾ ਉੱਚੀ ਕਿਉਂ ਬੋਲਣ ਲੱਗੇ ਹੋ, ਇੰਨਾ ਕਾਹਦਾ ਤੁਹਾਨੂੰ ਗੁੱਸਾ ਆ ਗਿਆ? ਨਿੱਕੀ ਜੀ ਗੱਲ ਨੂੰ ਤੁਸੀਂ ਕਿੱਦਾਂ ਵਧਾਈ ਜਾ ਰਹੇ ਹੋ? ਗੁੱਸਾ ਆਉਂਦਾ ਨਹੀਂ, ਆ ਜਨਾਨੀਆਂ ਨਾ ਆਹ ਬਕ ਬਕ ਕਰਕੇ ਬੰਦਿਆਂ ਨੂੰ ਗੁੱਸਾ ਲਿਆ ਦਿੰਦੀਆਂ ਨੇ। ਗੁੱਸਾ ਤਾਂ ਕਿਸੇ ਨੂੰ ਵੀ ਆ ਸਕਦਾ, ਆ ਤੁਹਾਡੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਮੈਨੂੰ ਵੀ ਆ ਸਕਦਾ, ਪਰ ਮੈਂ ਤੁਹਾਡੇ ਵਾਂਗੂ ਆ ਉੱਚੀ ਉੱਚੀ ਚੀਕ ਚੀਕ ਕੇ ਤਾਂ ਨਹੀਂ ਬੋਲਦੀ ਨਾ। ਤੂੰ ਬੋਲਣ ਦੀ ਹਿੰਮਤ ਕਰਕੇ ਤਾਂ ਦੇਖ ਤੇਰਾ ਮੈਂ ਕੀ ਹਾਲ ਕਰੂੰਗਾ ਫਿਰ। ਆਹ ਬੜਾ ਵਧੀਆ ਹਥਿਆਰ ਆ ਬੰਦਿਆਂ ਕੋਲੇ ਵੀ, ਆ ਜਨਾਨੀ ਜਦੋਂ ਮਾੜਾ ਜਿਹਾ ਆਪਦਾ ਪੱਖ ਰੱਖਣ ਲੱਗੇ ਤਾਂ ਬਸ ਆ ਕੁੱਟਮਾਰ ਕਰਕੇ ਉਹਨੂੰ ਚੁੱਪ ਕਰਾ ਦਿਓ। ਤੇ ਔਰਤ ਹੁੰਦੀਆਂ ਹੀ ਇਸ ਲਾਇਕ ਹੈ, ਨੌਜਵਾਨ ਲੜਾਵੇ ਫਿਰ। ਮੇਰੀ ਗੱਲ ਸੁਣੋ, ਹੌਲੀ ਗੱਲ ਕਰੋ, ਉੱਚੀ ਬੋਲਣਾ ਮੈਨੂੰ ਵੀ ਆਉਂਦਾ ਪਰ ਮੈਂ ਬੋਲਣਾ ਨਹੀਂ ਚਾਹੁੰਦੀ। ਜੇ ਜਨਾਨੀ ਉੱਚੀ ਬੋਲਣ ਲੱਗ ਜਾਵੇ ਨਾ ਤਾਂ ਘਰ ਦਾ ਜਲੂਸ ਨਿਕਲ ਜਾਵੇ, ਤੇ ਮੈਂ ਇਸ ਘਰ ਦਾ ਜਲੂਸ ਕੱਢਣਾ ਨਹੀਂ ਚਾਹੁੰਦੀ। ਆ ਸਿਆਣੇ ਸੱਚ ਹੀ ਕਹਿੰਦੇ ਨੇ ਵੀ ਔਰਤ ਘਰ ਨੂੰ ਬਣਾ ਵੀ ਸਕਦੀ ਆ ਤੇ ਉਜਾੜ ਵੀ ਸਕਦੀ ਆ, ਤੇ ਮੈਂ ਇਸ ਘਰ ਨੂੰ ਬੰਨਣਾ ਚਾਹੁੰਦੀ ਹਾਂ,
उजाड़ना नहीं चाहती। देखो जिन्नी इज्जत थोड़ी है ना तो उन्नी मेरी भी है, तो जे तुसी भी इज्जत करवानी है ना तो सामने वाली की इज्जत करनी भी सीखो। मैनू बोलन लई मजबूर ना करो। मैं कोई पत्थर हाँ, मैं भी इंसान हाँ, मैनू भी रब ने दिल दिता, मैनू भी दुख हुंदा, मेरे भी दर्द हुंदा। जे तुसी रिस्पैक्ट चाहुंदे हो तो मैं भी तो रिस्पैक्ट पालदी हाँ। मैं तो की आ दुनिया की हर औरत नू रिस्पैक्ट की लोड़ हुंदी है। तो ये इज्जत किसी टावी टली औरत के हिस्से आउंदी आ, नहीं तो बेचारियां हा सहुरे घरों प्यार ते इज्जत पालदियां पालदियां ही मुक जांदी आ, पर उन्हां नू प्यार नहीं मिलदा। बड़ी बेबे की गल तो तुम छो, मैनू एक गल दसो जे आह थोड़े आह सुभाव वाल देख के खुशू भी आपकी वाइफ नाल इदां ही ट्रीट करूगा कि उहदा घर बसिया रह जूगा? बच्चे आपके माँ बाप का परछावा होंगे ने, उन्होंने उही करना जो उन्होंने आपके माँ बाप के कोलों सीखना। हुण आह पहलां वाली गल तो है नहीं भी कुड़ियां चुप करके सब कुछ सुन लेणगियां, नाले जे वो आपदे हसबेंड दे नाल बराबर मोढे नाल मोढा जोड़ के काम कर दियां ने ना तो वो आपदे हसबेंड तो भी उम्मीद रखणगियां भी वो घरे भी उहदा साथ देवे। पर इस सब लई मैं थोनू भी कसूरवार नहीं मानदी क्योंकि तुसी तां उही करोगे जो तुसी सिखिया। जे आपां चाहुंदे आ ना भी आउण वाले टाइम च अपने बच्चे खुश रहन ते उहो जिहियां गल्लां ना करन जिहे जिहियां आपां करदे आए आ तां आपां नूं अपना सुभाअ अज ही बदलना पऊगा। दसना पऊगा भी औरत की इज्जत करना ते उनू अपने बराबरी का अधिकार देना सब तो इंपॉर्टेंट गल आ। सादा टाइम तो निकल गया, जे घर वालियां दी इज्जत करोगे अपने हक दे अपने दिल दी गल करन दा कोई अधिकार नहीं सी। हुण तां औरत नू सिर्फ इको चीज दी लोड़ है, बाकी चीजा सारिया वालों सार सकदी है, वो है इज्जत मान सत्कार रिस्पैक्ट। सुभाअ कड़े जांदे ने, जिहो जिहा बना लोगे उहो जिहा ही पक जू। नाले घर दा काम करना कोई माड़ी गल नहीं, आपां जदों बाहर जाके सैटल हुंदे आ उदों भी तां काम करदे ही आ। जे घर ही इह सारे काम सिख लांगे तां आपां नूं कोई औखा होना ही नहीं बाहर जाके। ते सारियां मम्मियां कमेंट करके दसो कि तुसीं अपने मुंडिया तों काम कराउंदे हो कि नहीं कराउंदे। नाले इह वी गल सानूं दस्सिओ कि चीख चीख के उच्ची उच्ची बोलना घर दे विच औरत नूं डराउणा की सही है या गलत, कमेंट जरूर करे। ते एक गल होर जरूर दस्यो भी जदो तुसी आपदे बच्चियां तो काम करवाने हो ता घर दा केड़ा केड़ा मैंबर विरोध करदा है।